ਤੇ ਹੁਣ ਜਿਸ ਤਰ੍ਹਾਂ ਮੁੰਬਈ ਦੇ ਵਿੱਚ ਇੱਕ ਵੱਡਾ ਬੋਰਡ ਡਿੱਗਿਆ ਸੀ, ਉਸੇ ਤਰ੍ਹਾਂ ਦਾ ਇਹ ਬੋਰਡ ਹਾਈਵੇ ਤੇ ਡਿੱਗਿਆ ਏ ਤੇ ਜਿਸ ਨੇ ਕਾਫੀ ਗੱਡੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤੇਜ਼ ਹਨੇਰੀ ਝੱਖੜ ਦੇ ਕਾਰਨ ਗੱਡੀਆਂ ਜਿਹੜੀਆਂ ਨੇ ਉਹ ਹੇਠਾਂ ਦੱਬ ਗਈਆਂ ਨੇ, ਕਿੰਨੀਆਂ ਹੀ ਗੱਡੀਆਂ ਜਿਹੜੀਆਂ ਨੇ ਉਹ ਹੇਠਾਂ ਦੱਬ ਗਈਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤੇਜ਼ ਝੱਖੜ ਦੇ ਕਾਰਨ ਇਹਨਾਂ ਗੱਡੀਆਂ ਦਾ ਨੁਕਸਾਨ ਹੋਇਆ। ਬਹੁਤ ਵੱਡਾ ਬੋਰਡ ਸੀ ਜਿਹੜਾ ਡਿੱਗਿਆ ਹੈ। ਦੱਸ ਦਈਏ ਕਿ ਜ਼ੀਰਕਪੁਰ ਹਾਈਵੇ 'ਤੇ ਇਹ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਨਿੱਜੀ ਕੰਪਨੀ ਦਾ ਇੱਕ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਸੀ ਜੂਨੀਪੋਲ, ਜਿਸ ਕਾਰਨ ਇਹ ਡਿੱਗ ਪਿਆ ਤੇਜ਼ ਝੱਖੜ ਦੇ ਕਾਰਨ, ਅਤੇ ਹੇਠਾਂ ਜਿਹੜੀਆਂ ਗੱਡੀਆਂ ਖੜੀਆਂ ਸੀ ਉਹ ਇਸ ਦੀ ਲਪੇਟ ਦੇ ਵਿੱਚ ਆ ਗਈਆਂ ਅਤੇ ਗੱਡੀਆਂ ਤਹਿਸ ਨਹਿਸ ਕਰ ਦਿੱਤੀਆਂ, ਤਬਾਹ ਕਰ ਦਿੱਤੀਆਂ। ਲੱਖਾਂ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਹਾਈਵੇ ਦੇ ਨਾਲ ਇੱਕ ਲੋਹੇ ਦਾ ਯੂਨੀਪੋਲ ਲੱਗਿਆ ਸੀ। ਦੱਸ ਦਈਏ ਕਿ ਆਕਸਫੋਰਡ ਦੇ ਨਾਮ ਤੋਂ ਇਹ ਬੋਰਡ ਲੱਗਿਆ ਹੋਇਆ ਸੀ, ਬਹੁਤ ਵੱਡਾ ਬੋਰਡ ਸੀ। ਝੱਖੜ ਹਨੇਰੀ ਦੇ ਕਾਰਨ ਇਹ ਬੋਰਡ ਡਿੱਗ ਪਿਆ ਅਤੇ ਹੇਠਾਂ ਖੜੀਆਂ ਗੱਡੀਆਂ ਜਿਹੜੀਆਂ ਨੇ ਉਹ ਨੁਕਸਾਨੀਆਂ ਗਈਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਜ਼ੀਰਕਪੁਰ ਤੋਂ ਸਾਹਮਣੇ ਆਈਆਂ ਨੇ। ਹਾਲਾਂਕਿ ਪੰਜਾਬ ਭਰ ਦੇ ਵਿੱਚ ਕਈ ਥਾਵਾਂ 'ਤੇ ਤੇਜ਼ ਹਨੇਰੀ ਝੱਖੜ ਚੱਲ ਰਿਹਾ ਹੈ, ਅਤੇ ਜਦੋਂ ਤੇਜ਼ ਹਨੇਰੀ ਝੱਖੜ ਚੱਲਦਾ ਤਾਂ ਬਹੁਤ ਸਾਰੇ ਫਲੈਕਸ ਬੋਰਡ ਅਤੇ ਜਿਹੜੇ ਇਸ ਤਰ੍ਹਾਂ ਦੇ ਵੱਡੇ ਵੱਡੇ ਬੋਰਡ ਹੁੰਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ। ਅਤੇ ਇਹ ਤਸਵੀਰਾਂ ਵੀ ਇਸੇ ਨੂੰ ਬਿਆਨ ਕਰ ਰਹੀਆਂ ਨੇ, ਕਿਸ ਢੰਗ ਦੇ ਨਾਲ ਇਹ ਬੋਰਡ ਡਿੱਗਿਆ, ਕਿਵੇਂ ਇਹ ਗੱਡੀਆਂ ਹੇਠਾਂ ਆ ਗਈਆਂ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ, ਗੱਡੀਆਂ ਦਰਜਨਾਂ ਦੇ ਕਰੀਬ ਗੱਡੀਆਂ ਜਿਹੜੀਆਂ ਨੇ ਉਹ ਹੇਠਾਂ ਆ ਗਈਆਂ ਨੇ। ਹਾਲਾਂਕਿ ਗਨੀਮਤ ਰਹੀ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਦੌਰਾਨ ਕੋਈ ਇਹਨਾਂ ਗੱਡੀਆਂ ਦੇ ਵਿੱਚ ਮੌਜੂਦ ਨਹੀਂ ਸੀ, ਨਹੀਂ ਤਾਂ ਹਾਦਸਾ ਹੋਰ ਵੱਡਾ ਵਾਪਰ ਜਾਣਾ ਸੀ। ਦੱਸ ਦਈਏ ਕਿ ਮੁੰਬਈ ਦੇ ਵਿੱਚ ਵੀ ਇਸੇ ਢੰਗ ਦੇ ਨਾਲ ਇੱਕ ਬਹੁਤ ਵੱਡਾ ਬੋਰਡ ਡਿੱਗ ਪਿਆ ਸੀ, ਜਿਸ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਚਲੇ ਗਈਆਂ ਸੀ। ਉਹ ਪੈਟਰੋਲ ਪੰਪ ਦੇ ਉੱਤੇ ਨਾਲ ਲੱਗਿਆ ਹੋਇਆ ਸੀ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਛੱਤਾਂ ਜਿਹੜੀਆਂ ਨੇ ਗੱਡੀਆਂ ਦੀਆਂ ਉਹ ਬਿਲਕੁਲ ਤਬਾਹ ਹੋ ਗਈਆਂ ਨੇ, ਗੱਡੀਆਂ ਨੁਕਸਾਨੀਆਂ ਗਈਆਂ ਨੇ, ਕਿਉਂਕਿ ਬਹੁਤ ਜਿਹੜਾ ਬੋਰਡ ਹੈ ਉਹ ਬਹੁਤ ਵੱਡਾ ਸੀ ਅਤੇ ਟਨਾਂ ਦੇ ਵਿੱਚ ਇਸ ਦਾ ਭਾਰ ਹੋਵੇਗਾ। ਜਦੋਂ ਅਚਾਨਕ ਡਿੱਗਿਆ ਤਾਂ ਹੇਠਾਂ ਖੜੀਆਂ ਗੱਡੀਆਂ ਤਬਾਹ ਹੋ ਗਈਆਂ, ਤੇਜ਼ ਝੱਖੜ ਦੇ ਕਾਰਨ ਇਹ ਬੋਰਡ ਡਿੱਗਿਆ, ਲਗਜ਼ਰੀ ਗੱਡੀਆਂ ਹੇਠਾਂ ਦੱਬ ਗਈਆਂ। ਅਤੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ, ਪਰ ਗੱਡੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪੌਣਾ ਘੰਟਾ ਪਹਿਲੇ ਬਾਰਿਸ਼ ਆਈ ਔਰ ਹਵਾ ਚੱਲ ਰਹੀ ਸੀ ਬਹੁਤ ਤੇਜ਼, ਤੋ ਅਚਾਨਕ ਸੇ ਇਹ ਬੋਰਡ ਗਾੜੀ ਉੱਪਰ ਗਿਰ ਗਿਆ। ਕਿਤਨੀ ਗਾੜੀਆਂ ਆਪਣੀ ਇਸਮੇ? ਇਸਮੇ ਤੀਨ ਹੈ ਆਪਣੀ। ਤੀਨ ਹੈ? ਹਾਂਜੀ। ਤੋ ਇਸਕੇ ਨੁਕਸਾਨ ਜੋ ਹੁਆ ਉਸਕੀ ਭਰਪਾਈ ਕੀ ਕੁਛ ਬਾਤ ਹੋਈ ਆਪਕੀ ਬਿਲਡਰ ਸੇ? ਨਹੀਂ ਅਭੀ ਕਰੇਂਗੇ ਸਰ, ਬਿਲਡਰ ਕੇ ਸਾਥ ਨਾ ਲਾਪਰਵਾਹੀ ਕੇ ਕਾਰਨ ਜੋ ਹਾਦਸਾ ਹੋਇਆ ਉਸਕੀ ਬਾਤ ਕਰੇਂਗੇ। ਇਸਮੇ ਕਿਸਕੀ ਲਾਪਰਵਾਹੀ ਮਾਨਤੇ ਹੈ? ਬਿਲਡਰ ਕੀ ਹੈ? ਬਿਲਡਰ ਕੀ ਲਾਪਰਵਾਹੀ ਹੈ। ਕਿਤਨੇ ਵਜੇ ਕੇ ਕਰੀਬ ਹੁਆ ਇਹ? ਸਾਢੇ ਚਾਰ ਪੌਣੇ ਪੰਜ। ਤੋ ਉਸ ਸਮੇਂ ਗਾੜੀ ਮੇ ਕੋਈ ਥਾ ਜੋ ਤੀਨ ਗਾੜੀਆਂ ਆਪਕੀ ਥੀ? ਸਰ ਗਾੜੀ ਮੇ ਕੋਈ ਨਹੀਂ, ਸਿਰਫ ਪਾਰਕਿੰਗ ਹੀ ਹੋਈ ਹੋਈ। ਹਾਂ, ਪਾਰਕਿੰਗ। ਇਹ ਗਾੜੀ ਕੌਣ ਸੀ ਆਪਕੀ? ਮੇ ਲੋਜੀ ਰਿਲੋਟ। ਕਹਾਂ ਸੇ ਆਪ ਜਾਣੇ ਵਾਲ? ਲੋਕਲ ਲੋਕਲ ਜੀ। ਯਹਾਂ ਕੇ ਕਰਨੇ ਆਏ ਥੇ? ਮੈਂ ਜੌਬ ਕਰਦਾ ਹਾਂ ਐਕਚੁਅਲੀ ਨਾ ਯਾਰ। ਤਾਂ ਕਿਤਨੇ ਵਜੇ ਕੀ ਘਟਨਾ ਹੈ? ਇਹ ਘੰਟਾ ਕਾ ਹੋਗਾ, ਲਗਭਗ ਪੌਣਾ ਘੰਟਾ ਘੰਟਾ। ਕੈਸੇ ਗਿਰਾ ਇਹ ਪਰ? ਨਟ ਬੋਲਟ ਵਗੈਰਾ ਨਾ ਥੋੜ੍ਹੇ ਢਿੱਲੇ ਦੇ ਦੇਖਾ ਹਿਸਾਬ ਸੇ, ਇਸੀ ਲਈ ਜੰਗ ਜੋ ਲਗੇ ਹੋਏ ਹੈ। ਹਵਾ ਜਿਹੜਾ ਐਕਚੁਅਲੀ ਮੈਂ ਅੰਦਰ ਥਾ ਮੈਂ ਤੋ ਵਹਾਂ ਸੇ ਗਿਰੇ ਤੋ ਇਸਮੇ ਪਾਂਚ ਗਾੜੀਆਂ ਆ ਗਈ। ਅੱਛਾ, ਉਸ ਬੋਰਡ ਕਾ ਬੋਰਡ ਲਗਾ ਹੁਆ। ਕਿਤਨਾ ਨੁਕਸਾਨ ਹੋ ਗਿਆ ਗਾੜੀ? ਸਰ ਇਹ ਤਾਂ ਇਹ ਬੋਰਡ ਉੱਠੇਗਾ ਤਾਂ ਉਸਕਾ ਪਰ ਮਿਸਤਰੀ ਬਤਾ ਪਾਏਗਾ, ਲਗਭਗ ਟੋਟਲੀ ਲੋਸ ਸੀ ਗਾੜੀ। ਇਹ ਸਰ ਅਭੀ ਕੋਈ ਆਧਾ ਪੌਣਾ ਘੰਟਾ ਪਹਿਲੇ ਬਾਰਿਸ਼ ਆਈ ਔਰ ਹਵਾ ਚੱਲ ਰਹੀ ਸੀ ਬਹੁਤ ਤੇਜ਼, ਤੋ ਅਚਾਨਕ ਸੇ ਇਹ ਬੋਰਡ ਗਾੜੀ ਉੱਪਰ ਗਿਰ ਗਿਆ। ਕਿਤਨੀ ਗਾੜੀਆਂ ਆਪਣੀ ਇਸਮੇ? ਇਸਮੇ ਤੀਨ ਆਈ ਆਪਣੀ। ਤੀਨ ਹੈ? ਹਾਂਜੀ। ਤੋ ਇਸਕੇ ਨੁਕਸਾਨ ਜੋ ਹੁਆ ਉਸਕੀ ਭਰਪਾਈ ਕੀ ਕੁਛ ਬਾਤ ਹੋਈ ਆਪਕੀ ਬਿਲਡਰ ਸੇ? ਨਹੀਂ ਅਭੀ ਕਰੇਂਗੇ ਸਰ, ਬਿਲਡਰ ਕੇ ਸਾਥ ਨਾ ਲਾਪਰਵਾਹੀ ਕੇ ਕਾਰਨ ਜੋ ਹਾਦਸਾ ਹੋਇਆ ਉਸਕੀ ਬਾਤ ਕਰੇਂਗੇ।
इसमें किसकी लापरवाही मानते हैं? बिल्डर की। बिल्डर की लापरवाही है। कितने बजे के करीब हुआ है? साढ़े चार पौने पाँच। तो उस समय गाड़ी में कोई था जो तीन गाड़ियाँ आपकी थी? सर गाड़ी में कोई नहीं, सिर्फ पार्किंग ही हुई थी। हाँ, पार्किंग। ये गाड़ी कौन सी आपकी? मेरी लोजी। कहाँ से आप? लोकल, लोकल जीरो। यहाँ क्या करने आए थे? मैं जॉब करता हूँ एक्चुअली ना यहाँ। कितने बजे की घटना है ये? घंटा का होगा, लगभग पौना घंटा। घंटा कैसे गिरा ये? पर नट बोल्ट वगैरह ना थोड़े ढीले थे मेरे ख्याल हिसाब से, इसीलिए जंग जुज लगे हुए हैं। आवाज एक्चुअली मैं अंदर था, मैं तो वहाँ से गिरे तो इसमें पांच गाड़ियाँ आ गई। अच्छा, उसको बोर्ड का वो बोर्ड लगा हुआ है। कितना नुकसान हो गया गाड़ियों? सर ये तो आप ये बोर्ड उठेगा तब उसका मिस्त्री बता पाएगा, लगभग टोटली लॉस ही है गाड़ी। ये सर अभी कोई आधा पौना घंटा पहले बारिश आई और हवा चल रही थी बहुत तेज, तो अचानक से ये बोर्ड गाड़ी के ऊपर गिर गया। कितनी गाड़ियाँ अपनी इसमें? इसमें तीन है अपनी। तीन है? हाँ जी। तो इसके नुकसान जो हुआ उसकी भरपाई की कुछ बात हुई आपकी बिल्डर से? नहीं, अभी करेंगे सर बिल्डर के साथ ना, लापरवाही के कारण जो हादसा हुआ है उसकी बात करेंगे। इसमें किसकी लापरवाही मानते हैं? बिल्डर की। बिल्डर की लापरवाही है। कितने बजे के करीब हुआ है ये? साढ़े चार पौने पाँच। साढ़े चार पौने पाँच। तो उस समय गाड़ी में कोई था जो तीन गाड़ियाँ आपकी थी? सर गाड़ी में कोई नहीं, सिर्फ पार्किंग ही हुई थी। हाँ, पार्किंग। ये गाड़ी कौन सी आपकी? मेरी लोजी। कहाँ से आप? लोकल, लोकल जीरो। यहाँ क्या करने आए थे? मैं जॉब करता हूँ एक्चुअली ना यहाँ। तो कितने बजे की घटना है ये? घंटा का होगा, लगभग पौना घंटा। घंटा कैसे गिरा ये? पर नट बोल्ट वगैरह ना थोड़े ढीले थे मेरे ख्याल हिसाब से, इसीलिए जंग जुज लगे हुए हैं। आवाज़ एक्चुअली मैं अंदर था, मैं तो वहाँ से गिरे तो इसमें पाँच गाड़ियाँ आ गई।